हेलो फ्रेंड्स दिस इज हरविंदर सिंह एंड वेलकम टू द YouTube चैनल लर्न विद हरविंदर सर आज हम इस वीडियो ਵਿੱਚ ਅਸੀਂ ਕਰਾਂਗੇ PSEB क्लास 12th इंग्लिश ਦਾ ਚੈਪਟਰ ਨੰਬਰ 3 ਜਿਸ ਦਾ ਨਾਮ ਹੈ ਥਿੰਕਿੰਗ ਆਊਟ ਆਫ द बॉक्स ਲੈਟਰਲ ਥਿੰਕਿੰਗ ਇਸ ਚੈਪਟਰ ਦੇ ਆਬਜੈਕਟਿਵ ਟਾਈਪ ਕੁਐਸ਼ਨਸ ਦੋਸਤੋ ਇਸ ਗੱਲ ਦਾ ਧਿਆਨ ਰੱਖੋ ਕਿ ਇਸ ਵੀਡੀਓ ਵਿੱਚ ਅਸੀਂ ਇਸ ਚੈਪਟਰ ਦੇ ਆਬਜੈਕਟਿਵ ਕੁਐਸ਼ਨਸ ਕੀਤੇ ਹਨ ਪਰ ਜੇ ਆਪ ਸਾਰਿਆਂ ਨੇ ਸਾਡੇ ਨਾਲ ਇਸ ਚੈਪਟਰ ਨੂੰ ਸਮਝਣਾ ਹੈ ਇਸ ਦੇ ਸ਼ਾਰਟ ਅਤੇ ਲੌਂਗ ਕੁਐਸ਼ਨ ਆਨਸਰਸ ਕਰਨੇ ਹਨ ਤਾਂ ਅਸੀਂ ਉਹਨਾਂ ਦੀਆਂ ਅਲੱਗ ਤੋਂ ਵੀਡੀਓਜ਼ ਬਣਾਈਆਂ ਹਨ ਜਿਨ੍ਹਾਂ ਦੇ ਲਿੰਕ ਥਲੇ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤੇ ਗਏ ਹਨ ਤੇ ਇਸ ਪਾਠ ਦੀ ਪੂਰੀ ਤਰ੍ਹਾਂ ਤਿਆਰੀ ਲਈ ਆਪ ਸਾਰੇ ਵਿਦਿਆਰਥੀਆਂ ਨੇ ਵੀਡੀਓਜ਼ ਨੂੰ ਜ਼ਰੂਰ ਦੇਖੋ ਆ ਸ਼ੁਰੂ ਕਰਦੇ ਹਾਂ ਆਬਜੈਕਟਿਵ ਟਾਈਪ ਕੁਐਸ਼ਨਸ ਪਹਿਲਾ ਕੁਐਸ਼ਨ ਹੈ ਹੂ ਇਜ਼ ਦਾ ਆਥਰ ਆਫ ਦਾ ਚੈਪਟਰ ਥਿੰਕਿੰਗ ਆਊਟ ਆਫ ਦਾ ਬਾਕਸ ਲੈਟਰਲ ਥਿੰਕਿੰਗ ਤੇ ਇਸ ਚੈਪਟਰ ਦਾ ਆਥਰ ਕੌਣ ਹੈ ਤੇ ਇਸ ਆਨਸਰ ਹੈ ਦਾ ਆਥਰ ਇਜ਼ ਐਨੋਨਿਮਸ ਇਸ ਅਨੋਨ ਅਥਰ ਦੇ ਬਾਰੇ ਪਤਾ ਨਹੀਂ ਹੈ ਐਨੋਨਿਮਸ ਹੈ ਕਿਉਂਕਿ ਇੱਕ ਐਡਾਪਟਿਡ ਚੈਪਟਰ ਹੈ ਕਿ ਇਹ ਨੈਟ ਵਿੱਚੋਂ ਇੱਕ ਆਰਟੀਕਲ ਵਿੱਚੋਂ ਚੈਪਟਰ ਨੂੰ ਐਡਾਪਟ ਕੀਤਾ ਗਿਆ ਹੈ अगला क्वेश्चन है नाउ इट इज डैश मैचेस हैव बिकम वेरी पॉपुलर इन क्रिकेट तो कहे मैचेस बहुत पॉपुलर हो गए हैं टे ट्वेंटी मैचिस इस इन द ब्लैंक द इंटेलिजेंट गर्ल वॉर्न एंड चेंजड एन इम्पॉसिबल सिचुएशन इन टू एन एडवांटेजियस वन अगला क्वेश्चन है वट डिड द गर्ल नोटिस उस गर्ल ने कि नोटिस किया द गर्ल नोटिस डेट द मनी लेंडर हैड पिकड टू ब्लैक पेबल्स एंड पुट द एम इन टू द मनी बैग तो उसने यह नोटिस किया कि जोड़ा मनी लेंडर है जो शाहूकार हो सद का पत्थर चुके तो बैग में पाए हूँ इंट्रोड्यूस डे एंड नाइट मैचिस इन क्रिकेट क्रिकेट गेम डे एंड नाइट मैचिस कौन लैके आया कैरी पैकर वट वॉज द ब्रांड ऑफ थॉमस कार कि थॉमस कोई गी इट वॉज अ फरैरी थॉमस पे डैश हैज इंटरस्ट किन्ने डॉलर उन्हें इंटरस्ट के रूप में पे किते फिफ्टीन डॉलरस ਹਾਊ ਮਚ ਅਮਾਉਂਟ ਡਿਡ ਥਾਮਸ ਬੋਰੋ ਫਰਮ ਦਾ ਬੈਂਕ ਉਸਨੇ ਬੈਂਕ ਤੋਂ ਕਿੰਨਾ ਲੋਨ ਲਿਆ ਸੀ ਥਾਮਸ ਬੋਰੋਡ 5000 ਡਾਲਰ ਫਰਮ ਦਾ ਬੈਂਕ 5000 ਡਾਲਰ ਦਾ ਉਸਨੇ ਲੋਨ ਲਿਆ ਸੀ ਥਾਮਸ ਵਾਸ ਅ ਮਿਲੀਅਨੇਅਰ ਉਹ ਇੱਕ ਮਿਲੀਅਨੇਅਰ ਸੀ ਦਾ ਬੈਂਕ ਵਾਸ ਲੋਕੇਟਿਡ ਇਨ ਡੈਸ਼ ਤੇ ਬੈਂਕ ਉਹ ਕਿੱਥੇ ਸੀਗਾ ਨਿਊਯਾਰਕ ਸਿਟੀ ਵਿੱਚ ਨਿਊਯਾਰਕ ਦਾ ਫਰੈਰੀ ਕਾਰ ਵਾਸ ਪਾਰਕਡ ਇਨ ਦਾ ਬੈਂਕਸ ਅੰਡਰਗਰਾਉਂਡ ਗੈਰਾਜ ਫਾਰ ਸੇਫਟੀ ਬੈਂਕ ਦੇ ਅੰਡਰਗਰਾਉਂਡ ਗੈਰਾਜ ਵਿੱਚ ਫੈਰੇਰੀ ਨੂੰ پارک ਕੀਤਾ ਗਿਆ ਸੀ who propagated the art of lateral thinking ਤੇ ਲੈਟਰਲ ਥਿੰਕਿੰਗ ਦਾ ਆਈਡੀਆ ਦੁਨੀਆ ਦੇ ਸਾਹਮਣੇ ਕੌਣ ਲੈ ਕੇ ਆਇਆ ਕਿੰਨੇ ਉਸ ਨੂੰ ਪਬਲਿਸਾਈਜ਼ ਕੀਤਾ ਐਡਵਰਡ ਡੀ ਬੋਨੋ what is lateral thinking ਲੈਟਰਲ ਥਿੰਕਿੰਗ ਕੀ ਹੁੰਦਾ ਲੈਟਰਲ ਥਿੰਕਿੰਗ ਇਸ ਥਿੰਕਿੰਗ ਡਿਫਰੈਂਟਲੀ অর ਥਿੰਕਿੰਗ ਆਊਟ ਆਫ ਦਾ ਬਾਕਸ ਕੁਝ ਅਲੱਗ ਸੋਚਣਾ ਜਾਂ ਕੁਝ ਪਾਸੇ ਤੋਂ ਸੋਚਣਾ ਵੇਅਰ ਡਿਡ ਦਾ ਫਾਰਮਰ ਐਂਡ ਹਿਸ ਡਾਟਰ ਲਿਵ ਤੇ ਉਹ ਕਿਸਾਨ ਤੇ ਉਸਦੇ ਧੀ ਕਿੱਥੇ ਰਹਿੰਦੇ ਸਨ ਦੇ ਲਿਵਡ ਇਨ ਅ ਸਮਾਲ ਵਿਲੇਜ ਇਨ ਇੰਡੀਆ ਇੰਡੀਆ ਵਿੱਚ ਇੱਕ ਛੋਟੇ ਜਿਹੇ ਪਿੰਡ ਵਿੱਚ ਉਹ ਰਹਿੰਦੇ ਸਨ ਦ ਮਨੀ ਲੈਂਡਰ ਵਾਸ 올ਡ ਐਂਡ ਅਗਲੀ ਉਹ ਬੁੱਢਾ ਵੀ ਸੀ ਅਤੇ ਪੈੜਾ ਵੀ ਸੀ ਦ ਟਰਮ ਲੈਟਰਲ ਥਿੰਕਿੰਗ ਵਾਸ ਕੋਇੰਡ ਬਾਈ ਤੇ ਆ ਟਰਮ ਲੈਟਰਲ ਥਿੰਕਿੰਗ ਕਿੰਨੇ ਦਿੱਤੇ ਸੀ ਐਡਵਰਡ ਡੀ ਬੋਨੋ ਹਾਊ ਮਚ ਅਮਾਉਂਟ ਡਿਡ ਥਾਮਸ ਬੋਰੋ ਫਰਮ ਦਾ ਬੈਂਕ ਉਸਨੇ ਬੈਂਕ ਤੋਂ ਕਿੰਨਾ ਲੋਨ ਲਿਆ ਸੀ 5000 ਡਾਲਰਸ ਦਾ वेयर वॉज अ बैंक सिचुएटेड बैंक कितने द बैंक वॉज सिचुएटेड इन द मिडल ऑफ न्यूयॉर्क सिटी न्यूयॉर्क सिटी के सेंटर बिच हॉल लॉन्ग डेट थॉमस स्टे अवे फ्रॉम न्यूयॉर्क सिटी या थॉमस किन्ने टाइम लें लिए बाहर गया न्यूयॉर्क सिटी तो थॉमस स्टेड अवे अवे फ्रॉम न्यूयॉर्क सिटी फॉर टू वीक्स दो हफ्त डैश एक्सपेरिमेंटेड विद टू डिफरेंट कैप्टन फॉर टेस्ट एंड वनडे मैचिस ऑस्ट्रेलिया तो ऑस्ट्रेलिया ने एक्सपेरिमेंट किया कि वनडे टेस्ट क्रिकेट टीम अलग अलग वक् व कप्तान हो गए द गर्ल एंड थॉमस द मिलियनियर बोथ यूज डैश टू बिंद द सिचुएशन लैटरल थिंकिंग कि जी असं दो कहानियाँ पढ़िया एक गर्ल वाली कहानी फार्मर उसकी डॉटर अ थॉमस मिलीनियर वाली कहानी तो गर्ल और थॉमस ने की यूज़ किया लैटरल थिंकिंग यूज़ की उसद है फॉरगो मीनस फॉरगो का फौर्गो means, फौर्गो मतलब होंगे टू गिवअ अप